अगला जिहड़ा शब्द है वो कई बारी क्योंकि जिस वेले आपां बाणी दा पाठ करदे हां जां कीर्तन सुणदे हां ते कई ऐसियां टर्म जां शब्द आउंदे ने जिहड़े सानूं चंगी तरहां क्लीयर नहीं होंदे, तां उहदे बारे साडी क्रियास्ती हुंदी है कि उत्सुकता हुंदी है कि सानूं पता लगे की है। और इह इक बड़ी चंगी ओमन है, जे बाणी पढ़दे हां साडे मन च कोई ख्याल आउंदा वी इहदा की है, इहदा मतलब है साडा बाणी विच ध्यान जुड़िया होया है, ते जिहड़ी चीज़ नहीं पता उह पुछणा वी इक बड़ी वड्डी सियाणप है। तो इस तरह सा गुरदयाल सिंह जी इतों टोरोंटो तो ने रोजाना की संगत करते हैं, उन्होंने सवाल भेजे जी, बीज मंत्र सर्व को ज्ञान, ये सुखमनी साहब जी की नौवीं पौड़ी चाहता जी, बीज मंत्र सर्व को ज्ञान चौं वरना मैं जपै कहूँ ना। तो वीर जी का सवाल है कि बीज मंत्र तो की भाव है, तो मैं बेनती कर रहा वीर तेजिंदर सिंह जी नूं भी वो कृपा करके ਇਹਦੇ ਤੇ ਸਾਨੂੰ ਚਾਨਣਾ ਪਾਉਣ ਕਿ ਬੀਜ ਮੰਤਰ ਤੋਂ ਕੀ ਭਾਵ। ਵੀਰ ਤਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਅਸੀਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਹੈ ਔਰ ਜੋ ਗੁਰੂ ਸਾਹਿਬ ਨੇ ਆਪਣੀ ਬਾਣੀ ਰਚੀ ਹੈ ਉਹਦੇ ਵਿੱਚ ਜਿਹੜੇ ਪੁਰਾਤਨ ਸਮਿਆਂ ਦੇ ਅੰਦਰ ਜਿਹੜੇ ਲਫ਼ਜ਼ ਵਰਤੇ ਜਾਂਦੇ ਸਨ ਉਹਨਾਂ ਲਫ਼ਜ਼ਾਂ ਨੂੰ ਹੀ ਗੁਰਬਾਣੀ ਦੇ ਵਰਤਣ ਦੇ ਵਿੱਚ, ਲਿਖਣ ਦੇ ਵਿੱਚ, ਸਮਝਾਉਣ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ। ਭਾਵੇਂ ਕਿ ਇਸ ਦੇ ਅਰਥ ਜਿਹੜੇ ਹਨ, ਜਿਵੇਂ ਹੁਣੇ ਵੀਰ ਕੀਰਤਨ ਸਿੰਘ ਜੀ ਸਮਝਾ ਰਹੇ ਸਨ, ਅਰਥ ਜਿਹੜੇ ਇੱਥੇ ਹਨ ਉਹ ਗੁਰਮਤ ਅਨੁਸਾਰ ਸਾਨੂੰ ਸਮਝਣੇ ਪੈਣਗੇ। ਤੋ ਗੁਰਬਾਣੀ ਦੇ ਵਿੱਚ ਕਈ ਵਾਰੀ ਕਈ ਵਰਤ ਲਫ਼ਜ਼ ਲਿਖੇ ਗਏ ਹਨ, ਬੀਜ ਮੰਤਰ ਲਿਖਿਆ ਗਿਆ ਹੈ, ਮਹਾਂਮੰਤਰ ਲਿਖਿਆ ਗਿਆ ਹੈ ਔਰ ਗੁਰਮੰਤਰ ਬਾਰੇ ਵੀ ਵਿਚਾਰ ਜਿਹੜੀ ਹੈ ਉਹ ਲਿਖੀ ਗਈ ਹੈ। ਲੇਕਿਨ ਅਸੀਂ ਇਹ ਸਮਝਣਾ ਹੈ ਕਿ ਪਹਿਲੇ ਤੇ ਮੰਤਰ ਦੇ ਅਸੀਂ ਅਰਥ ਸਮਝੇ ਕਿ ਮੰਤਰ ਕਿਸ ਨੂੰ ਕਹਿੰਦੇ ਹਨ। ਤੋ ਮੰਤਰ ਇੱਕ ਤਰੀਕੇ ਦੇ ਨਾਲ ਸਲਾਹਕਾਰ, ਸਲਾਹ ਜਿਹੜੀ ਦਿੱਤੀ ਜਾਂਦੀ ਹੈ, ਜਿਵੇਂ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਦੇ ਵਿੱਚ ਮੰਤਰੀ ਹੁੰਦੇ ਹਨ, ਉਹ ਰਾਜੇ ਦੇ ਸਲਾਹਕਾਰ ਹੁੰਦੇ ਹਨ, ਉਹ ਸਲਾਹ ਦਿੰਦੇ ਹਨ। ਤੋ ਇਸ ਤਰ੍ਹਾਂ ਜੋ ਗੁਰਬਾਣੀ ਦੇ ਵਿੱਚ ਸਾਨੂੰ ਸਲਾਹ ਦਿੱਤੀ ਗਈ ਹੈ ਇਸ ਜੀਵਨ ਨੂੰ ਸਫਲਾ ਕਰਨ ਵਾਸਤੇ, ਤੋ ਉਹ ਹੀ ਉਸਨੂੰ ਹੀ ਮੰਤਰ ਕਿਹਾ ਗਿਆ ਹੈ। ਤੋ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਹੀ ਮਹਾਂਮੰਤਰ ਹੈ, ਭਾਵ ਸਭ ਤੋਂ ਵੱਡਾ ਮੰਤਰ ਉਹੀ ਹੈ ਜਿਹਦੇ ਨਾਲ ਕਿ ਸਾਨੂੰ ਗੁਰਮਤਿ ਦੀ ਸਮਝ ਆਉਂਦੀ ਹੈ, ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ। ਤੋ ਬੀਜ ਮੰਤਰ ਤੋਂ ਭਾਵ ਇਹ ਹੈ ਕਿ ਜਿਹੜੀ ਬੀਜ ਹੈ, ਜਿਵੇਂ ਬੀਜੇ ਨਾਮ ਬੀਜ ਸੰਤੋਖ ਸੁਹਾਗਾ ਅਸੀਂ ਕਹਿੰਦੇ ਹਾਂ, ਤੇ ਕਿ ਨਾਮ ਨੂੰ ਅਸੀਂ ਬੀਜਣਾ ਹੈ ਆਪਣੇ ਜੀਵਨ ਰੂਪੀ ਖੇਤੀ ਦੇ ਅੰਦਰ, ਤੇ ਸਾਡੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਜਿਹੜੇ ਫਲ ਹਨ ਉਹ ਅੱਛੇ ਗੁਣਾਂ ਦੇ ਰੂਪ ਅੰਦਰ ਪੈਦਾ ਹੋਣਗੇ, ਤੇ ਗੁਣ ਕਹਿ ਗੁਣੀ ਸਮਾਵਣਿਆ, ਅਸੀਂ ਉਹਨਾਂ ਗੁਣਾਂ ਨੂੰ ਪਰਮਾਤਮਾ ਦੇ ਗੁਣਾਂ ਨੂੰ ਗਾਵਾਂਗੇ, ਆਪਣੇ ਜੀਵਨ ਵਿੱਚ ਉਹਨਾਂ ਗੁਣਾਂ ਨੂੰ ਧਾਰਨ ਕਰਾਂਗੇ, ਤੇ ਸਾਡਾ ਜੀਵਨ ਜਿਹੜਾ ਹੈ ਉਹ ਜਿਹੜਾ ਹੈ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਹੋ ਸਕਦੇ ਹਨ। ਜਿਵੇਂ ਕਿ ਪਰਮਾਤਮਾ ਦੀ ਹਜ਼ੂਰੀ ਵਿੱਚ ਜਦੋਂ ਸਾਡੀ ਅਵਸਥਾ ਉੱਚੀ ਹੋਵੇ ਤੇ ਸਾਡਾ ਇਹ ਜਿਹੜਾ ਮਾਇਆ ਦਾ ਜਿਹੜਾ ਗੇੜ ਹੈ ਉਹ ਖਤਮ ਹੋ ਸਕਦਾ, ਮਾਇਆ ਦੇ ਬੰਧਨ ਖਤਮ ਹੋ ਸਕਦੇ ਹਨ। ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜੇ ਵੀ ਲਫ਼ਜ਼ ਆਏ ਹਨ ਸਾਰੇ ਜਿਹੜੇ ਹਨ ਇਹ ਪੁਰਾਤਨ ਲਫ਼ਜ਼ ਹਨ, ਲੇਕਿਨ ਇਹਨਾਂ ਦੇ ਜਿਹੜੇ ਭਾਵ ਹਨ ਉਹ ਇਹ ਹੀ ਹਨ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਜੋ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਹੈ, ਉਸ ਬਾਣੀ ਨੂੰ ਹੀ ਅਸੀਂ ਗੁਰੂ ਸਾਹਿਬ ਦੇ ਵੱਲੋਂ ਇੱਕ ਸਲਾਹ ਹੈ ਕਿ ਅਸੀਂ ਕਿਵੇਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਸੋ ਬੀਜ ਮੰਤਰ ਸਰਬ ਕੋ ਗਿਆਨ ਹੈ ਕਿ ਸਾਰਾ ਗਿਆਨ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੀ ਸਾਨੂੰ ਨਾਮ ਰੂਪ ਦੇ ਅੰਦਰ ਪ੍ਰਾਪਤ ਹੁੰਦਾ ਹੈ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰਸਿੱਖ ਲਈ ਮੰਤਰ, ਜਿਸ ਵਿੱਚੋਂ ਅਕਾਲ ਪੁਰਖ ਨੂੰ ਖੋਜਣਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦ ਜਾਂ ਜੋੜ ਜਾਂ ਬੀਜ ਮੰਤਰ, ਮੂਲ ਮੰਤਰ, ਮਹਾਂਮੰਤਰ ਜਾਂ ਗੁਰੂ ਮੰਤਰ ਹੈ। ਅਕਾਲ ਪੁਰਖ ਦਾ ਨਾਮ ਹੀ ਬੀਜ ਮੰਤਰ ਹੈ ਤੇ ਗਿਆਨ ਦਾ ਸੋਮਾ ਹੈ, ਜਿਹੜਾ ਕਿ ਸ਼ਬਦ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਿਲ ਸਕਦਾ ਹੈ। ਮਹਾਂਮੰਤਰ ਕੋਈ ਖਾਸ ਸ਼ਬਦ ਜਾਂ ਜੋਤ ਨਹੀਂ ਹੈ, ਜੋੜ ਨਹੀਂ ਹੈ, ਬਲਕਿ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਨਾਮ ਦੁਆਰਾ ਉਸ ਅਕਾਲ ਪੁਰਖ ਦੀ ਵਡਿਆਈ ਹੀ ਸਭ ਤੋਂ ਵੱਡਾ ਮੰਤਰ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਕਿਸੇ ਇੱਕ ਖਾਸ ਜਿਹੜਾ ਲਫ਼ਜ਼ ਵਰਤਿਆ ਗਿਆ ਉਹ ਅਕਾਲ ਪੁਰਖ ਦਾ ਨਾਮ ਹੈ। ਗੁਰਬਾਣੀ ਵਿੱਚ ਏਕਾ ਸ਼ਬਦ ਏਕਾ ਸ਼ਬਦੀ ਵਾਲਿਆਂ ਨੂੰ ਪ੍ਰਵਾਨ ਕੀਤਾ ਗਿਆ ਹੈ। ਤੋ ਗੁਰੂ ਦਾ ਸ਼ਬਦ, ਗੁਰੂ ਦਾ ਦਿੱਤਾ ਹੋਇਆ ਅਜਿਹਾ ਮੰਤਰ ਹੈ ਜਿਸ ਨੂੰ ਜਪ ਕੇ ਅਸੀਂ ਆਪਣੀ ਹਉਮੈ ਦੂਰ ਕਰ ਸਕਦੇ ਹਾਂ,
ਅਜਿਹਾ ਕੁਛ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣਾ ਆਪ ਗਵਾ ਕੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਣ ਕਰਕੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ ਅਕਾਲ ਪੁਰਖ ਦੇ ਗੁਣਾਂ ਨਾਲ ਜਿਹੜੇ ਪਰੋ ਲੈਂਦੇ ਹਾਂ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਹੋਰ ਬਹੁਤ ਸਾਰੀਆਂ ਵਾਰਾਂ ਵਿੱਚ ਸਿੱਧੇ ਤੌਰ ਤੇ ਸਪਸ਼ਟ ਕੀਤਾ ਹੈ ਕਿ ਵਾਹਿਗੁਰੂ ਸ਼ਬਦ ਹੈ ਤੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਗੁਰੂ ਦਾ ਸ਼ਬਦ ਹੀ ਹੈ। ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤਰ, ਬੀਜ ਮੰਤਰ, ਮੂਲ ਮੰਤਰ, ਮਹਾਂਮੰਤਰ ਅਤੇ ਗੁਰੂ ਮੰਤਰ ਸਭ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਹੈ। ਗੁਰੂ ਦਾ ਸ਼ਬਦ ਹੀ ਹੈ, ਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਬਾਣੀ ਹੀ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤਰ ਹੈ। ਇਸ ਲਈ ਹਮੇਸ਼ਾ ਧਿਆਨ ਵਿੱਚ ਰੱਖਣਾ ਹੈ ਕਿ ਗੁਰਬਾਣੀ ਰਟਨ ਕਰਨ ਲਈ ਕੋਈ ਮੰਤਰ ਨਹੀਂ ਹੈ। ਇਸ ਬਾਣੀ ਵਿੱਚੋਂ ਅਕਾਲ ਪੁਰਖ ਨੂੰ ਖੋਜਣਾ ਹੀ ਸਾਡਾ ਜਿਹੜਾ ਹੈ ਉਹ ਜੀਵਨ ਜਿਹੜਾ ਆਦਰਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੋ ਬੀਜ ਤੋਂ ਭਾਵ ਮੂਲ, ਆਪਾਂ ਕਹਿੰਦੇ ਮੂਲ ਮੰਤਰ, ਤੇ ਬੀਜ ਦਾ ਅਰਥ ਵੀ ਮੂਲ ਹੀ ਹੈ ਕਿਉਂਕਿ ਮੂਲ ਦਾ ਅਰਥ ਬੀਜ ਸਮਾਰ ਸਕਦੇ। ਸੋ ਬੀ ਮੂਲ ਮੰਤਰ ਜਾਂ ਬੀਜ ਮੰਤਰ, ਅਸਲ ਗੱਲ ਤਾਂ ਇਹ ਹੈ ਜਿਵੇਂ ਵੀਰ ਜੀ ਨੇ ਦੱਸਿਆ ਕਿ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਉਹ ਸਾਨੂੰ ਜ਼ਿੰਦਗੀ ਦੀ ਸੇਧ ਦਿੰਦਾ। ਤੋ ਗੁਰਬਾਣੀ ਨੂੰ ਜਿੱਥੋਂ ਪੜ੍ਹ ਲਓ ਉੱਥੋਂ ਹੀ ਸਾਨੂੰ ਗਿਆਨ ਮਿਲਦਾ, ਔਰ ਸਤਿਗੁਰੂ ਕਿਰਪਾ ਕਰੇ ਕਿ ਸਾਨੂੰ ਗੁਰਬਾਣੀ ਨਾਲ ਇੰਨੀ ਕੁ ਮੋਹ ਹੋ ਜਾਏ, ਗੁਰਬਾਣੀ ਨਾਲ ਅਸੀਂ ਇੰਨੇ ਖੁੱਬ ਜਾਈਏ ਕਿ ਬਾਕੀ ਜਿਹੜੀਆਂ ਜ਼ਿੰਦਗੀ ਦੀਆਂ ਚਾਲਾਂ ਨੇ ਜਾਂ ਜੋ ਸਾਡੇ ਆਲੇ ਦੁਆਲੇ ਜੋ ਪ੍ਰਭਾਵ ਸਾਨੂੰ ਨੈਗੇਟਿਵ ਪ੍ਰਭਾਵ ਪੈਂਦੇ ਨੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਇਹ ਜਿਹੜਾ ਗੁਰਬਾਣੀ ਹੈ ਉਹ ਸਾਡੇ ਲਈ ਬਹੁਤ ਵੱਡਾ ਮੰਤਰ ਹੈ। ਕਈਆਂ ਮਤਾਂ ਵਿੱਚ ਜਿਵੇਂ ਵੀਰ ਜੀ ਦੱਸਿਆ ਕਿ ਖਾਸ ਅੱਖਰਾਂ ਦੇ ਖਾਸ ਅਰਥ ਦੱਸ ਕੇ ਉਹਨਾਂ ਨੂੰ ਖਾਸ ਸਮੇਂ ਲਈ ਵਰਤਿਆ ਜਾਂਦਾ ਅਤੇ ਉਹਨਾਂ ਨੂੰ ਉਹ ਮੰਤਰਾਂ ਦਾ ਧਿਆਨ ਇਸ ਇਹੋ ਜਿਹਾ ਮੰਤਰ ਜਿਹੜਾ ਕੋਈ ਪਰਟੀਕੁਲਰ ਅੱਖਰ ਨੂੰ ਪਰਟੀਕੁਲਰ ਸਮੇਂ 'ਤੇ ਵਰਤਣ ਲਈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਔਰ ਸਾਨੂੰ ਜੋ ਸਿੱਖਿਆ ਮਿਲਦੀ ਹੈ ਵੀਰ ਜੀ ਨੇ ਵੀ ਦੱਸਿਆ ਉਹ ਇਹ ਹੈ ਕਿ ਕੋਈ ਵੀ ਅੱਖਰ ਅਸੀਂ ਪੜ੍ਹੀਏ ਤਾਂ ਬੀਜ ਮੰਤਰ ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਾ ਪਾਵੇ ਕਿਉਂਕਿ ਐਸਾ ਜ਼ਰੂਰ ਹੈ ਕਿ ਕਈ ਮਤਲਬ ਵੀ ਸਾਡੀ ਕਿਉਂਕਿ ਸਾਡੇ 'ਚ ਬਹੁਤ ਸਾਰੀ ਸੰਪਰਦਾਵਾਂ ਨੇ ਅਤੇ ਕਈਆਂ ਸੰਪਰਦਾਵਾਂ ਵਿੱਚ ਜ਼ੋਰ ਦਿੱਤਾ ਜਾਂਦਾ ਵੀ ਉਹਦੇ 'ਚ ਕਿਉਂਕਿ ਵੀਰ ਗੁਰਦਿਆਲ ਸਿੰਘ ਜੀ ਨੇ ਜਿਹੜਾ ਸਵਾਲ ਕੀਤਾ ਇਹਨਾਂ ਨੇ ਸ਼ਾਇਦ ਕਿਸੇ ਪ੍ਰਭਾਵ ਦੇ ਥੱਲੇ ਆ ਕੇ ਕੀਤਾ ਇਹਨਾਂ ਦੇ ਮਨ 'ਚ ਇਹ ਸੀਗਾ ਕਿ ਸ਼ਾਇਦ ਬੀਜ ਮੰਤਰ ਕੋਈ ਵੱਖਰਾ ਇਹੋ ਜਿਹਾ ਮੰਤਰ ਹੈ। ਤੋ ਇਹੋ ਜਿਹਾ ਕੋਈ ਮੰਤਰ ਨਹੀਂ ਹੈ ਜਿਹੜਾ ਅਸੀਂ ਵੈਸੇ ਮੰਤਰ ਦਾ ਲਫਜ਼ੀ ਮਨ 'ਚ ਉਪਦੇਸ਼ ਹੈ, ਠੀਕ ਹੈ, ਅਤੇ ਗੁਰਬਾਣੀ ਤਾਂ ਸਾਰੀ ਸਾਡੀ ਉਪਦੇਸ਼ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਹੈ, ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਆਪਣੇ ਕਰਮ ਚੰਗੇ ਕਰਨੇ ਨੇ, ਬਸ ਇਹ ਜ਼ਿੰਦਗੀ ਦਾ ਮਕਸਦ ਹੈ, ਉਹਦੇ ਨਾਲ ਸਾਡਾ ਜ਼ਿੰਦਗੀ ਦੇ ਜਿਹੜਾ ਮਨੁੱਖਾ ਜਨਮ ਹੈ ਸਫਲ ਹੋ ਸਕਦਾ। ਤੋ ਇਸ ਕਰਕੇ ਵੀਰ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਇਹਦਾ ਉੱਤਰ ਮਿਲ ਗਿਆ ਹੋਏਗਾ ਅਤੇ ਬੀਜ ਮੰਤਰ ਕੋਈ ਵੱਖਰਾ ਨਹੀਂ ਹੈ। ਆਪਾਂ ਜਿਸ ਤਰ੍ਹਾਂ ਮੂਲ ਮੰਤਰ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਰੰਭ ਵਿੱਚ ਆਇਆ, ਔਰ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦੇ ਵਿਚਾਰ 'ਚ ਵੀ ਸੁਣਿਆ ਕਿ ਮੂਲ ਮੰਤਰ ਵਿੱਚ ਜੋ ਪੂਰਾ ਗਿਆਨ ਜਿਹੜਾ ਕਿ ਵਾਹਿਗੁਰੂ ਜੀ ਕੀ ਹਨ ਅਤੇ ਸਾਨੂੰ ਉਹੋ ਜਿਹਾ ਬਣਨ ਲਈ ਪ੍ਰੇਰਨਾ ਕਰਦਾ। ਤਾਂ ਹੀ ਅਸੀਂ ਇਹ ਪਾਠ ਬਾਣੀ ਦਾ ਵਾਰ ਵਾਰ ਕਰਦੇ ਹਾਂ ਕਿ ਜੋ ਬਾਣੀ 'ਚ ਲਿਖਿਆ ਅਸੀਂ ਉਸ ਬਾਣੀ ਵਰਗੇ ਬਣਨਾ। ਬਾਣੀ 'ਚ ਸਾਨੂੰ ਅਧਿਆਇ ਕੀ ਹੈ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਤੋ ਜੇ ਆਪਾਂ ਆਧਾਰ 'ਤੇ ਚੱਲਾਂਗੇ ਤਾਂ ਸਾਡੇ ਜੀਵਨ ਵਿੱਚ ਲੱਠ ਖਟਾਕ ਨਹੀਂ ਆਏਗੀ, ਜੀਵਨ 'ਚ ਭਟਕਣਾ ਨਹੀਂ ਆਏਗੀ। ਭਟਕਣਾ ਤਾਂ ਉਹ ਆਉਂਦੀ ਉਸ ਵੇਲੇ ਹੈ ਜਿਸ ਵਿੱਚ ਗੁਰਬਾਣੀ 'ਚ ਦੂਰ ਹੋ ਜਾਂਦੀ, ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਰੋਗ ਸੋਗ ਵਿਸਰੇ ਜਾਂ ਬਨਾਮ। ਅਤੇ ਅਗਲੀ ਤੁਕ ਮਹਾਰਾਜ ਨਾਲ ਹੀ ਕਹਿੰਦਾ ਕਿ ਸਦਾ ਆਨੰਦ ਜਾਂ ਹਰ ਗੁਣ ਦਾ। ਸੋ ਗੁਰਬਾਣੀ ਤਾਂ ਸਾਡੇ 'ਤੇ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਇਹ ਸਾਨੂੰ ਗੁਰਬਾਣੀ ਦਾ ਭੰਡਾਰਾ ਸਤਿਗੁਰਾਂ ਨੇ ਬਖਸ਼ਿਆ ਕਿ ਅਸੀਂ ਆਪਣਾ ਜੀਵਨ ਬੜਾ ਸਹਿਲ ਔਰ ਚਲਾ ਸਕਦੇ ਹਾਂ। ਸੋ ਲੋੜ ਹੈ ਕਿ ਜਗਤ ਦੀ ਚਗਾ ਚਕਾ ਚੁੰਨ ਤੋਂ ਥੋੜ੍ਹਾ ਜਿਹਾ ਬਚ ਕੇ ਔਰ ਗੁਰਬਾਣੀ ਦੇ ਚਾਨਣ ਚੱਲੀ ਬਜਾਏ ਚਕਾ ਚੌਣ ਦੇ ਪਿੱਛੇ ਦੌੜਨ ਦੇ। ਜਿਸ ਵੇਲੇ ਅਸੀਂ ਗੁਰਬਾਣੀ ਨੂੰ ਆਪਣਾ ਚਾਨਣ ਮੁਨਾਰਾ ਮੰਨਾਂਗੇ, ਉਹਦੇ ਅਨੁਸਾਰ ਚੱਲਾਂਗੇ ਤੇ ਜੀਵਨ ਜਿਹੜਾ ਬੜਾ ਸਫਲ ਹੋਏਗਾ ਔਰ ਬੜਾ ਅੱਛਾ ਹੋਏਗਾ। ਜਿਵੇਂ ਗੁਰਬਾਣੀ 'ਚ ਆਪਾਂ ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵਕਾਂ ਨਾਲ। ਤੋ ਵਿਗਾਸ ਦੀ ਅਵਸਥਾ 'ਚ ਰਹਿਣ ਲਈ ਸਾਡੇ ਲਈ ਇੱਕ ਇੱਕ ਅੱਖਰ ਜਿਹੜਾ ਉਹ ਮੰਤਰ ਹੈ, ਮੰਤਰ ਤੋਂ ਭਾਵ ਉਪਦੇਸ਼ ਹੈ। ਤੋ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਇਹਨਾਂ ਸਵਾਲਾਂ ਦੇ ਜਿਹੜੇ ਅਰਥ ਨੇ ਉਹ ਬੜੀ ਮਿਹਨਤ ਨਾਲ ਲੱਭ ਕੇ ਲਿਆਉਂਦੇ ਹੋ। ਸਤਿਗੁਰੂ ਆਪ ਜੀ 'ਤੇ ਕਿਰਪਾ ਕਰ।